ਆਹ ਸਾਰਾ ਤਕਰੀਬਨ ਇਤਿਹਾਸ ਹੈ ਇੱਥੇ ਦਾ। ਆ ਜਾਓ ਜੀ, ਹੁਣ ਆਪਾਂ ਚੱਲਦੇ ਹਾਂ ਗੁਰਦੁਆਰਾ ਸ਼੍ਰੀ ਅੰਬ ਸਾਹਿਬ। ਅੱਜ ਅਸੀਂ ਆਏ ਹਾਂ ਚੰਡੀਗੜ੍ਹ ਗੁਰੂ ਘਰ ਗੁਰਦੁਆਰਾ ਸ਼੍ਰੀ ਅੰਬ ਸਾਹਿਬ, ਅਤੇ 24 ਘੰਟੇ ਦੇ 300 ਰੁਪਈਆ ਲੈਂਦੇ ਆ। ਵਾਹਿਗੁਰੂ ਜੀ ਕਾ ਖਾਲਸਾ। ਹਾਂਜੀ ਜੀ, ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਜੀ। ਅੱਜ ਅਸੀਂ ਆਏ ਹਾਂ ਚੰਡੀਗੜ੍ਹ ਆਪਣੇ ਪਰਿਵਾਰ ਦੇ ਨਾਲ, ਮੈਂ ਅਤੇ ਚਾਚਾ ਆਏ ਹਾਂ ਅਤੇ ਬਾਕੀ ਬੱਚਾ ਪਾਲਟੀ ਨਾਲ। ਮੈਂ ਕਿਹਾ ਚਲੋ ਚੰਡੀਗੜ੍ਹ ਮੱਥਾ ਟੇਕ ਕੇ ਆਉਂਦੇ ਹਾਂ। ਅਤੇ ਗੁਰੂ ਘਰ ਅੰਬ ਸਾਹਿਬ ਅਸੀਂ ਪਿਛਲੇ ਸਾਲ ਵੀ ਆਏ ਸੀ, ਅਤੇ ਇਸ ਸਾਲ ਵੀ ਮੈਂ ਕਿਹਾ ਚਲ ਜਾ ਕੇ ਆਉਂਦੇ ਹਾਂ। ਇੱਥੇ ਨਾਲ ਹੀ ਕੌਮੀ ਇਨਸਾਫ ਮੋਰਚਾ ਚੱਲਣ ਡਿਆ ਆ, ਅਤੇ ਉੱਥੇ ਵੀ ਜਾ ਕੇ ਆਉਂਦੇ ਹਾਂ, ਮੱਥਾ ਟੇਕ ਕੇ ਆਉਂਦੇ ਹਾਂ। ਇੱਥੇ ਅੱਜ ਗੁਰੂ ਘਰ ਅੰਬ ਸਾਹਿਬ ਪੁਲਿਸ ਬੜੀ ਪੁਲਿਸ ਲੱਗੀ ਪਈ ਹੈ, ਪਤਾ ਨਹੀਂ ਕੀ ਗੱਲ, ਸ਼ਾਇਦ ਕੋਈ ਮੰਤਰੀ ਕੋਈ ਮੱਥਾ ਟੇਕਣ ਆ ਰਿਹਾ ਆ। ਚਲੋ ਆ ਜਾਓ, ਆਪਾਂ ਚੱਲਦੇ ਹਾਂ ਗੁਰੂ ਘਰ ਅੰਬ ਸਾਹਿਬ। ਆ ਜਾਓ ਜੀ। ਹਾਂਜੀ ਜੀ, ਆ ਆ ਉਹ ਗੁਰੂ ਘਰ ਗੁਰਦੁਆਰਾ ਸ਼੍ਰੀ ਅੰਬ ਸਾਹਿਬ, 7ਵੀਂ ਪਾਤਸ਼ਾਹੀ ਸਤਵੀਂ ਸਾਹਿਬਜ਼ਾਦਾ ਅਜੀਤ ਨਗਰ ਮੋਹਾਲੀ। ਅੱਜ ਨਾ ਇੱਥੇ ਕੋਈ ਪ੍ਰੋਗਰਾਮ ਹੈ ਜਾਂ ਕੋਈ ਚੱਕਰ ਹੈ, ਅਤੇ ਜੇ ਨਾ ਪਤਾ ਨਹੀਂ ਲੱਗਾ ਕੀ ਹੈ, ਅਤੇ ਇੱਥੇ ਬਹੁਤ ਪੁਲਿਸ ਹੋਈ ਪਈ ਅੱਜ। ਪੁਲਿਸ ਦੀਆਂ ਗੱਡੀਆਂ ਜਾ ਰਹੀਆਂ, ਸੰਗਤਾਂ ਦੀਆਂ ਅਜੇ ਘੱਟ ਨੇ। ਕੋਈ ਆ ਹੋ ਰਿਹਾ ਇੱਥੇ ਜਾਂ ਕੋਈ ਨੇ ਆਉਣਾ ਜਾਂ ਕੀ ਚੱਕਰ ਹੈ, ਅਤੇ ਆਪਾਂ ਇਹ 7ਵੇਂ ਪਾਤਸ਼ਾਹ ਜੀ ਇੱਥੇ ਆਏ ਸੀ, ਗੁਰੂ ਹਰ ਰਾਏ ਜੀ ਇੱਥੇ ਆਏ ਸੀ, ਅਤੇ ਉਹਨਾਂ ਦੀ ਯਾਦਗਿਰੀ ਹੈ ਗੁਰੂ ਘਰ, ਉਹਨਾਂ ਦੇ ਚਰਨ ਛੋਹ ਪ੍ਰਾਪਤ ਇਸ ਧਰਤੀ ਨੂੰ, ਇਸ ਗੁਰੂ ਘਰ ਨੂੰ। ਹੁਣ ਆਪਾਂ ਚੱਲਦੇ ਹਾਂ ਗੁਰੂ ਘਰ ਅੰਦਰ, ਅਤੇ ਬਹੁਤ ਸੋਹਣਾ ਗੁਰੂ ਘਰ ਹੈ। ਪਿਛਲੇ ਸਾਲ ਵੀ ਆਏ, ਪਿਛਲੇ ਸਾਲ ਮੈਂ ਮਨਦੀਪ ਆਇਆ ਸੀ ਅਤੇ ਚਾਚਾ, ਅਤੇ ਇਸ ਵਾਰ ਮੈਂ ਅਤੇ ਚਾਚਾ ਆ, ਮਨਦੀਪ ਆਇਆ ਨਹੀਂ। ਅਤੇ ਬਹੁਤ ਹੀ ਸੋਹਣਾ ਗੁਰੂ ਘਰ ਬਣਾਇਆ। ਵਾਹਿਗੁਰੂ। ਆਉਂਦੇ ਲੱਸੀ ਦਾ ਲੰਗਰ ਲੱਗਾ ਸੀ ਅਤੇ ਲੱਸੀ ਛਕੀ। ਆਇਆ ਇਤਿਹਾਸ ਇਸ ਗੁਰੂ ਘਰ ਦਾ। ਅਤੇ ਗੁਰੂ ਸਾਹਿਬ ਆਏ ਸੀ ਉਸ ਸਮੇਂ ਅੰਬਾਂ ਦੀ ਬਹਾਰ ਵੀ ਨਹੀਂ ਸੀ, ਅਤੇ ਆਹ ਸਾਰਾ ਤਕਰੀਬਨ ਇਤਿਹਾਸ ਹੈ ਇੱਥੇ ਦਾ, ਗੁਰਦੁਆਰਾ ਸ਼੍ਰੀ ਅੰਬ ਸਾਹਿਬ ਪਾਤਸ਼ਾਹੀ ਸੱਤਵੀਂ ਮੋਹਾਲੀ ਇਤਿਹਾਸ। ਇਹ ਜਿੰਨੇ ਵੀ ਪੜ੍ਹਨਾ ਹੋਵੇ ਤਾਂ ਪੂਰਾ ਸਟਿੱਲ ਕਰਕੇ ਪੜ੍ਹ ਲਏ, ਬਾਕੀ ਮੈਂ ਅੱਗੇ ਜਿੰਨਾ ਵੀ ਦੱਸਦਾ ਹਾਂ ਸਾਰਾ। ਆਇਆ ਗੁਰੂ ਘਰ, ਬਹੁਤ ਸੋਹਣਾ ਗੁਰੂ ਘਰ ਹੈ, ਪਾਰਕਿੰਗ ਬਹੁਤ ਜ਼ਿਆਦਾ ਗੁਰੂ ਘਰ ਦੀ। ਹਾਂਜੀ ਹਾਂਜੀ, ਹਾਂਜੀ ਜੀ। ਉਹ ਨਾ ਪਿੱਛੇ ਤੁਸੀਂ ਪਰਨੇ ਵਾਲਾ ਚਿੱਟਾ ਪਰਨੇ ਵਾਲੇ ਬੰਦਾ ਜਾਂਦਾ ਦੇਖਦੇ ਹੋਣੇ ਆ, ਉਹ ਪੰਨੂ ਸਾਹਿਬ ਜਿਹੜੇ ਉਹ ਪ੍ਰਾਈਮ ਏਸ਼ੀਆ ਦੇ ਆਉਂਦੇ ਆ ਨਾ, ਹੁਣ ਉਹ ਦੂਰ ਚਲੇ ਗਏ ਆ, ਇੱਦਾਂ ਲੱਗ ਗਏ ਹੁੰਦੇ। ਅਤੇ ਆਹ ਵੇਖੋ, ਆ ਜਿੰਨਾ ਰੁਮਾਲ ਲਾਇਆ ਸਿਰ ਤੋਂ, ਇਹ ਪ੍ਰਾਈਮ ਏਸ਼ੀਆ ਅਤੇ ਪੰਨੂ ਜੀ ਆਉਂਦੇ ਜਿਹੜੇ ਉਹ ਜਾਣਦੇ ਹੈ ਨਾ। ਅਤੇ ਮੈਂ ਇੱਥੋਂ ਪੁੱਛਿਆ ਵੀ ਕੀ ਗੱਲ ਇੰਨੀ ਸੰਗਤ ਕਿਉਂ ਹੈ, ਕਹਿੰਦੇ ਭਾਈ ਅੰਮ੍ਰਿਤਪਾਲ ਸਿੰਘ ਮਹਿਰੋ ਕਰਕੇ ਵੀ ਸੰਗਤਾਂ ਇਕੱਠੀਆਂ ਹੋਣ ਡੀਆਂ ਸਾਰੀਆਂ, ਅਤੇ ਇਸ ਕਰਕੇ ਵੀ। ਅਤੇ ਸਾਨੂੰ ਤਾਂ ਪਤਾ ਨਹੀਂ ਸੀ, ਅਸੀਂ ਫਿਰ ਤਾਂ ਅਸੀਂ ਤਾਂ ਆਏ ਸੀ ਇਕੱਲਾ ਗੁਰੂ ਘਰ ਮੱਥਾ ਟੇਕਣ ਨਾ, ਅਤੇ ਚਲੋ ਇਹਦੇ ਵਿੱਚ ਵੀ ਹਾਜ਼ਰੀ ਲੱਗ ਗਈ ਬਾਬੇ ਦੀ ਕਿਰਪਾ ਦੇ ਨਾਲ। ਅਤੇ ਆ ਜਾਓ ਜੀ, ਹੁਣ ਆਪਾਂ ਚੱਲਦੇ ਹਾਂ ਗੁਰਦੁਆਰਾ ਸ਼੍ਰੀ ਅੰਬ ਸਾਹਿਬ। ਅਤੇ ਬਹੁਤ ਸੋਹਣਾ ਗੁਰੂ ਘਰ ਹੈ। ਹਾਂਜੀ
ਸ਼੍ਰੀ ਗੁਰੂ ਘਰ ਰਾਏ ਜੀ। ਹਾਂਜੀ ਜੀ, ਆ ਅੰਦਰੋਂ ਗੁਰੂ ਘਰ, ਅਤੇ ਗੁਰੂ ਘਰ ਬਹੁਤ ਸੋਹਣਾ ਬਣਾਇਆ ਹੈ। ਮੈਂ ਵੀਡੀਓ 'ਤੇ ਬਣਾਈ ਜਾਣ ਡਿਆ, ਪਤਾ ਨਹੀਂ ਹੁਣ ਮਨਾ ਨਾ ਕਰਨ ਪੁਲਿਸ ਵਾਲੇ। ਲੰਗਰ ਹਾਲ, ਹਾਂਜੀ ਇੱਧਰ ਗੁਰੂ ਘਰ ਕਾ ਲੰਗਰ ਹਾਲ, ਆ ਇੱਧਰ ਦਫ਼ਤਰ, ਬਹੁਤ ਸੋਹਣਾ ਗੁਰੂ ਘਰ ਹੈ। ਇੰਨੇ ਵੱਡਾ ਗੁਰੂ ਘਰ ਹੈ ਨਾ, ਅਸੀਂ ਇੰਨਾ ਪਹਿਲਾਂ ਨਹੀਂ ਘੁੰਮ ਕੇ ਨਹੀਂ ਗਏ, ਅਸੀਂ ਇਕੱਲਾ ਮੱਥਾ ਟੇਕ ਕੇ ਉਦੋਂ ਚਲੇ ਗਏ। ਅਤੇ ਇੱਥੇ ਜੇ ਤੁਸੀਂ ਰਹਿਣਾ ਹੋਵੇ ਤਾਂ ਰਾਤ ਵੀ ਰਹਿ ਸਕਦੇ ਹੋ, ਇੱਥੇ ਰਾਤ ਰਹਿਣ ਦਾ ਵੀ ਪ੍ਰਬੰਧ ਹੈ। ਯਾਨੀ ਕਿ 24 ਘੰਟੇ ਤੁਸੀਂ ਜੇ ਬਾਹਰੋਂ ਤੁਸੀਂ ਉੱਦਾਂ ਵੀ ਕਮਰਾ ਲੈਣਾ ਹੋਵੇ ਤਾਂ 24 ਘੰਟੇ ਦੇ 300 ਰੁਪਈਆ ਲੈਂਦੇ ਆ, ਉਹ ਇਕੱਲੀ ਫੀਸ ਉੱਦਾਂ। ਅੰਬ ਸਰ, ਅੰਬ ਦੇ ਬੂਟੇ ਨਾ, ਕਿੰਨੇ ਬੂਟੇ ਲੱਗੇ ਅੰਬਾਂ ਦੇ। ਹਾਂਜੀ ਜੀ, ਇਹਦਾ ਇਤਿਹਾਸ ਹੈ ਸਾਰਾ, ਤੁਸੀਂ ਤਕਰੀਬਨ ਮੈਂ ਜਿਹੜਾ ਲਾਇਆ ਸੀ ਉਹ ਤੁਸੀਂ ਦੇਖ ਹੀ ਲਿਆ ਹੋਣਾ ਆ, ਪਰ ਫਿਰ ਵੀ ਮੈਂ ਮਾਫ਼ੀ ਮੰਗਦਾ, ਮੈਂ ਬੋਲ ਦਿੰਦਾ ਹਾਂ ਮਾੜਾ ਮੋਟਾ ਜਿੰਨਾ ਮੈਨੂੰ ਪਤਾ ਆ, ਪਰ ਤੁਸੀਂ ਉਸ ਨੂੰ ਪੜ੍ਹ ਲਿਓ ਚੰਗੀ ਤਰ੍ਹਾਂ। ਇੱਕ ਭਾਈ ਕਰਮਜੀਤ ਸਿੰਘ ਕੁਰਮ ਜੀ ਸੀ ਜੋ ਪਿੰਡ ਲੰਬੀਆਂ ਦੇ ਰਹਿਣ ਵਾਲੇ ਸੀ, ਅਤੇ ਉਹਨਾਂ ਦੇ ਉੱਥੇ ਨਾ ਬਾਗ ਅੰਬਾਂ ਦੇ ਬੂਟੇ ਸੀ, ਉਹਨਾਂ ਦੇ ਪਿੰਡ ਲਾ ਲਓ ਹੈ ਨਾ, ਜਾਂ ਬਾਗ ਲਾ ਲਓ ਹੈ ਨਾ, ਅਤੇ ਉਹ ਅੰਮ੍ਰਿਤਸਰ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕਰਨ ਪਹੁੰਚੇ, ਅਤੇ ਉੱਥੇ ਕਾਬਲ ਦੀਆਂ ਸੰਗਤਾਂ ਆਈਆਂ ਹੋਈਆਂ ਸੀ, ਅਤੇ ਉਹਨਾਂ ਨੇ ਕੀ ਕੀਤਾ ਵੀ ਉਸ ਦੀਵਾਨ ਦੇ ਵਿੱਚ ਜਦੋਂ ਦੀਵਾਨ ਖਤਮ ਹੋਇਆ ਅਤੇ ਉਹਨਾਂ ਨੇ ਅੰਬਾਂ ਦਾ ਪ੍ਰਸ਼ਾਦ ਵਰਤਾਇਆ ਗਿਆ, ਅਤੇ ਭਾਈ ਕੁਰਮ ਜੀ ਨੇ ਸੋਚਿਆ ਕਿ ਮੈਂ ਤਾਂ ਖੁਦ ਉੱਥੋਂ ਆਇਆ ਹਾਂ ਉਸ ਅੰਬਾਂ ਦੇ ਵਿੱਚੋਂ, ਪਰ ਮੈਂ ਕਿਉਂ ਨਹੀਂ ਇਹ ਪ੍ਰਸ਼ਾਦ ਲੈ ਕੇ ਆਇਆ, ਅਤੇ ਕਾਬੁਲ ਦੀ ਸੰਗਤਾਂ ਇਹ ਪ੍ਰਸ਼ਾਦ ਲਿਆਈਆਂ ਸੀ, ਅਤੇ ਕਾਬੁਲ ਦੀਆਂ ਸੰਗਤਾਂ ਨੇ ਕੀ ਕੀਤਾ ਉਹ ਪ੍ਰਸ਼ਾਦ ਭਾਈ ਕੁਰਮ ਜੀ ਨੂੰ ਦਿੱਤਾ, ਅਤੇ ਭਾਈ ਕੁਰਮ ਜੀ ਨੇ ਬਾਅਦ ਦੇ ਵਿੱਚ ਉਹ ਪ੍ਰਸ਼ਾਦ ਰੱਖ ਲਿਆ ਖਾਧਾ ਨਾ, ਅਤੇ ਉਹ ਬਾਅਦ ਦੇ ਵਿੱਚ ਉਹ ਪ੍ਰਸ਼ਾਦ ਉਹਨਾਂ ਨੇ ਕਿਹਾ ਵੀ ਮੈਂ ਗੁਰੂ ਸਾਹਿਬ ਨੂੰ ਇਹ ਭੇਟ ਕਰ ਦਿੰਦਾ ਹਾਂ, ਅਤੇ ਉਹਨਾਂ ਨੇ ਜਦੋਂ ਭੇਟ ਕਰਨਗੇ ਅਤੇ ਵਾਹਿਗੁਰੂ ਗੁਰੂ ਅਰਜਨ ਦੇਵ ਜੀ ਸਭ ਜਾਨੀ ਜਾਣ ਸੀ, ਉਹਨਾਂ ਨੇ ਕਿਹਾ ਵੀ ਨਹੀਂ ਇਹ ਪ੍ਰਸ਼ਾਦ ਅਸੀਂ ਤੈਨੂੰ ਦਿੱਤਾ ਛਕਣ ਵਾਸਤੇ ਤੂੰ ਛਕ, ਅਤੇ ਉਹ ਕਹਿੰਦੇ ਵੀ ਮੈਂ ਇੱਦਾਂ ਜਿੱਥੋਂ ਆਇਆ ਉੱਥੇ ਤਾਂ ਖੁਦ ਬਹੁਤ ਅੰਬ ਦੇ ਬੂਟੇ ਸੀਗੇ ਅਤੇ ਮੈਂ ਲੈ ਕੇ ਨਹੀਂ ਆਇਆ। ਉਹ ਕਹਿੰਦੇ ਕੋਈ ਗੱਲ ਨਹੀਂ, ਅਸੀਂ 7ਵੇਂ ਜਾਮੇ ਵਿੱਚ ਜਦੋਂ ਆਵਾਂਗੇ ਅਤੇ ਉਦੋਂ ਤੇਰੇ ਕੋਲ ਆਣ ਕੇ ਅਸੀਂ ਪ੍ਰਸ਼ਾਦ ਛਕਾਂਗੇ। ਅਤੇ ਬਾਅਦ ਦੇ ਵਿੱਚ ਜਦੋਂ ਇੱਥੇ ਕੁਰੂਕਸ਼ੇਤਰ ਤੋਂ ਪੋਹ ਦੀ ਸੰਗਰਾਂਦ ਨੂੰ ਇੱਥੇ ਪੁੱਜੇ ਸ਼੍ਰੀ ਗੁਰੂ ਹਰ ਰਾਏ ਜੀ, ਅਤੇ ਉਹਨਾਂ ਨੂੰ ਪਤਾ ਲੱਗਾ ਵੀ ਉਹ ਕੁਰਮ ਜੀ ਬਾਗ ਦੇ ਵਿੱਚ ਮੌਜੂਦ ਹਨ ਹੈ ਨਾ। ਉਹਨਾਂ ਨੇ ਸੰਗਤਾਂ ਨੂੰ ਜਦੋਂ ਪੁੱਛਿਆ ਅਤੇ ਜਦੋਂ ਉਹ ਉੱਥੇ ਬਾਗ ਦੇ ਵਿੱਚ ਗਏ ਅਤੇ ਉਹ ਕਹਿੰਦੇ ਕੁਰਮ ਜੀ ਹਾਂਜੀ ਲਿਆਓ ਸੰਗਤਾਂ ਨੂੰ ਅੰਬਾਂ ਦਾ ਪ੍ਰਸ਼ਾਦ ਛਕਾਓ, ਅਤੇ ਉਹ ਬਾਅਦ ਦੇ ਵਿੱਚ ਉਹਨਾਂ ਨੇ ਉਹ ਕਿਹਾ ਵੀ ਇਹ ਤਾਂ ਦਰਖਤ ਇਹ ਮੌਸਮ 'ਤੇ ਅੰਬਾਂ ਦਾ ਨਹੀਂ ਹੈ, ਅਤੇ ਫਿਰ ਵੀ ਉਹ ਕਹਿੰਦੇ ਵੀ ਤੁਸੀਂ ਸਭ ਜਾਨੀ ਜਾਣ ਹੋ ਸਭ ਜਾਣਦੇ ਹੋ ਨਾ
ਤੁਹਾਨੂੰ ਤੁਸੀਂ ਸਭ ਕਰਨ ਦੇ ਮਾਲਕ ਹੋ, ਕਰਨੀ ਦੇ ਮਾਲਕ ਹੋ। ਫਿਰ ਉਹ ਜਿਸ ਦਰਖਤ ਦੇ ਥੱਲੇ ਸੁੱਤੇ ਸੀਗੇ, ਦਰਖਤ ਦੇ ਥੱਲੇ ਸੁੱਤੇ ਸੀਗੇ ਅਤੇ ਉਸੇ ਥੱਲੋਂ ਹੀ ਉਹੀ ਬੂਟਾ ਹਰਾ ਹੋ ਗਿਆ ਹੈ ਨਾ, ਅਤੇ ਉੱਥੋਂ ਫਿਰ ਸਾਰੀਆਂ ਸੰਗਤਾਂ ਨੇ ਅੰਬ ਛਕੇ ਸੀਗੇ। ਇਹ ਸੀ ਇਹਦਾ ਮੋਟਾ ਮੋਟਾ ਜਿੰਨਾ ਕੁ ਮੈਂ ਤੁਹਾਨੂੰ ਦੱਸਿਆ। ਬਾਕੀ ਤੁਸੀਂ ਉੱਥੇ ਇਤਿਹਾਸ ਦੇਖ ਲਿਓ, ਤੁਹਾਨੂੰ ਜ਼ਿਆਦਾ ਪਤਾ ਲੱਗ ਜਾਏਗਾ, ਵਧੀਆ ਵਿਸਥਾਰ ਨਾਲ ਤੁਸੀਂ ਪੜ੍ਹ ਲਓਗੇ। ਠੀਕ ਹੈ ਜੀ, ਹੁਣ ਅਸੀਂ ਚੱਲੇ ਹਾਂ ਅੱਗੇ। ਬਾਕੀ ਗਲਤੀ ਭੁੱਲ ਚੁੱਕ ਮਾਖ, ਵਾਹਿਗੁਰੂ ਮਾਫ਼ ਕਰੇ, ਕਿਉਂਕਿ ਮੈਂ ਇੰਨੇ ਜੋਗਾ ਨਹੀਂ ਹਾਂ ਕਿ ਮੈਂ ਪੂਰਾ ਇਤਿਹਾਸ ਬੋਲ ਕੇ ਤੁਹਾਨੂੰ ਦੱਸ ਪਾਵਾਂ ਨਾ। ਪਰ ਹਾਂ, ਗੁਰੂ ਘਰ ਦੀ ਵੀਡੀਓ ਜਿਹੜਾ ਵੀ ਦੇਖੇ ਤਾਂ ਗੁਰੂ ਘਰ ਜ਼ਰੂਰ ਆਵੇ। ਬਹੁਤ ਹੀ ਸੋਹਣਾ ਗੁਰੂ ਘਰ ਬਣਾਇਆ ਹੋਇਆ ਹੈ ਅਤੇ ਸਾਨੂੰ ਪ੍ਰਸ਼ਾਦਾ ਛੱਕ ਕੇ ਆਏ ਹਾਂ। ਅਤੇ ਚਲੋ ਠੀਕ ਹੈ ਜੀ, ਆਪਾਂ ਹੁਣ ਚੱਲਦੇ ਹਾਂ ਅੱਗੇ, ਦੇਖਦੇ ਹਾਂ ਅੱਗੇ ਕੀ ਪ੍ਰੋਗਰਾਮ ਹੈ, ਕਿਉਂਕਿ ਭਾਈ ਅੰਮ੍ਰਿਤ ਸਿੰਘ ਅੰਮ੍ਰਿਤਪਾਲ ਮਹਿਰੋਂ ਦੀ ਇੱਥੇ ਸੰਗਤ ਇਕੱਠੀ ਹੋਣੀ ਹੈ ਅਤੇ ਬਹੁਤ ਸੰਗਤ ਆਈ ਹੈ। ਅਸੀਂ ਅੱਗੇ ਜਾ ਕੇ ਦੇਖਦੇ, ਹੁਣ ਤਾਂ ਅਸੀਂ ਪ੍ਰਸ਼ਾਦਾ ਛੱਕਦੇ ਪਏ ਸੀ, ਹੈ ਨਾ। ਆ ਜਾਓ ਅੱਗੇ ਜਾ ਕੇ ਦੇਖਦੇ ਹਾਂ ਕੀ ਚੱਲ ਰਿਹਾ ਪ੍ਰੋਗਰਾਮ। ਓਏ ਹੋਏ ਹੋਏ, ਗਰਮੀ ਬਹੁਤ ਜ਼ਿਆਦਾ ਹੈ। ਇਹ ਹੈ ਜੀ ਕੌਮੀ ਇਨਸਾਫ ਮੋਰਚਾ, ਬੰਦੀ ਸਿੰਘਾਂ ਦੀ ਰਿਹਾਈ ਲਈ। ਵਾਹ ਖਾਲਸਾ ਵਾਹ ਕੀ ਫਤਿਹ ਜੀ, ਵਾਹਿਗੁਰੂ ਜੀ ਫਤਿਹ।